ਹੁਣ ਉਹ ਜਿਹੜੀਆਂ ਗੱਲਾਂ ਨੇ ਨਾ ਜਿਹੜੀਆਂ ਕਈ ਸਾਲਾਂ ਤੋਂ ਆਪਾਂ ਸੁਣਦੇ ਆ ਰਹੇ ਹਾਂ ਉਹ ਬਹਿ ਗਈਆਂ ਨੇ ਦਿਮਾਗ ਦੇ ਵਿੱਚ, ਉਹ ਬਹਿ ਗਈਆਂ ਨੇ ਸਾਡੇ ਹੱਡਾਂ ਦੇ ਵਿੱਚ। ਹੁਣ ਜਦੋਂ ਕੋਈ ਗੱਲ ਗੁਰਮਤਿ ਦੇ ਅਕੋਰਡਿੰਗ ਕੀਤੀ ਜਾਂਦੀ ਨਾ, ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ, ਕਈਆਂ ਨੂੰ ਲੱਗਦਾ ਲੈ ਇੰਨੇ ਸਾਲਾਂ ਤੋਂ ਤਾਂ ਇਹ ਕੰਮ ਹੁੰਦਾ ਆ ਰਿਹਾ, ਸਾਨੂੰ ਤਾਂ ਜੀ 60 ਸਾਲ ਹੋ ਗਏ ਇਹ ਕਰਦੇ ਹਾਂ, ਸਾਨੂੰ 70 ਸਾਲ ਹੋ ਗਏ, ਸਾਨੂੰ 80 ਸਾਲ ਹੋ ਗਏ ਕਰਦੇ ਹਾਂ, ਇਹ ਕੱਲ੍ਹ ਦਾ ਛੋਕਰਾ ਆਇਆ ਇਹ ਨਵੀਆਂ ਹੀ ਗੱਲਾਂ ਕਰੀ ਜਾਂਦਾ, ਇਹ ਵੀ ਚੀਜ਼ ਆ ਜਾਂਦੀ ਨਾ ਸਾਹਮਣੇ। ਹੁਣ ਇਹ ਗੱਲਾਂ ਮੇਰੀਆਂ ਤਾਂ ਨਹੀਂ, ਮੈਂ ਜਿਹੜੀ ਵੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਗੁਰੂ ਗ੍ਰੰਥ ਸਾਹਿਬ ਦਾ ਬਕਾਇਦਾ ਪ੍ਰਮਾਣ ਦਿੱਤਾ, ਗੱਲ ਗੁਰੂ ਗ੍ਰੰਥ ਸਾਹਿਬ ਦੀ ਹੈ, ਮੈਂ ਕੇਵਲ ਬੋਲਣ ਵਾਲਾ ਵਾਂ। ਜੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਜਾ ਕੇ ਗੱਲ ਕੀਤੀ ਤਾਂ ਤੁਸੀਂ ਮੈਨੂੰ ਗੁਰਬਾਣੀ ਦਾ ਪ੍ਰਮਾਣ ਦੇ ਕੇ ਦੱਸ ਸਕਦੇ ਹੋ ਵੀ ਭਾਈ ਸਾਹਿਬ ਤੁਸੀਂ ਇੱਥੇ ਗਲਤ ਹੋ, ਆਹ ਗੱਲ ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਲਿਖੀ, ਤੁਸੀਂ ਆਹ ਗੱਲ ਗਲਤ ਦੱਸੀ। ਜੇ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਹੋਵੇ ਬਾਹਰ ਦੀ ਤਾਂ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਦੇ ਕੇ ਮੇਰੇ ਨਾਲ ਗੱਲ ਸਾਂਝੀ ਕਰ ਸਕਦੇ ਹੋ, ਪਰ ਗੱਲ ਹੀ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਹੈ। ਅਸਲ 'ਚ ਗੱਲ ਇਹ ਆ ਵੀ ਸਾਨੂੰ ਆਪਣੀ ਮਨਮਤ ਛੱਡਣੀ ਪੈਣੀ ਹੈ, ਸਾਨੂੰ ਆਪਣੇ ਮਨ ਦੀ ਮਤ ਛੱਡਣੀ ਪੈਣੀ ਹੈ ਅਤੇ ਗੁਰੂ ਦੀ ਮਤ ਆਪਣੇ ਜੀਵਨ ਦੇ ਅੰਦਰ ਧਾਰਨ ਸਾਨੂੰ ਕਰਨੀ ਪੈਣੀ ਹੈ, ਗੱਲ ਜਿਹੜੀ ਹੈ ਉਹ ਤਾਂ ਬੜੇਗੀ। ਇੱਕ ਅਖੀਰ 'ਚ ਬੇਨਤੀ ਕਰਾਂ, ਸਮਾਂ ਮੇਰਾ ਸਮਾਪਤ ਹੋਣ ਵਾਲਾ ਹੈ, ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਗੱਲ ਨੂੰ ਸਮਝਣ ਵਾਸਤੇ। ਤੁਸੀਂ ਵੇਖੋ ਅੱਜ ਨਾ ਜਦੋਂ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਤੇ ਬੱਚੇ ਨੂੰ ਕੀ ਪੜ੍ਹਾਇਆ ਜਾਂਦਾ, ਏ ਫੋਰ ਐਪਲ, ਛੋਟੇ ਬੱਚਿਆਂ ਨੂੰ ਇੱਦਾਂ ਪੜ੍ਹਾਉਂਦੇ ਨਾ, ਏ ਫੋਰ ਐਪਲ, ਬੀ ਫੋਰ ਬੋਲ, ਸੀ ਫੋਰ ਕੈਟ। ਹੁਣ ਇੱਦਾਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਤੇ ਕਈ ਸਾਲਾਂ ਤੋਂ ਬੱਚੇ ਇਹੀ ਪੜ੍ਹਦੇ ਆ ਰਹੇ ਏ ਫੋਰ ਐਪਲ। ਮੰਨ ਲਓ ਅੱਜ ਨਾ ਸਕੂਲਾਂ ਦੇ ਵਿੱਚ ਸਰਕਾਰ ਦੇ ਵੱਲੋਂ ਇੱਕ ਰੂਲ ਪਾਸ ਕਰ ਦਿੱਤਾ ਜਾਵੇ, ਗੱਲ ਨੂੰ ਸਮਝਣ ਵਾਸਤੇ ਇੱਕ ਉਦਾਹਰਨ ਦੇ ਰਿਹਾ। ਮੰਨ ਲਓ ਸਰਕਾਰ ਵੱਲੋਂ ਇੱਕ ਰੂਲ ਪਾਸ ਕਰ ਦਿੱਤਾ ਜਾਵੇ ਵੀ ਅੱਜ ਤੋਂ ਸਕੂਲ ਦੇ ਵਿੱਚ ਏ ਫੋਰ ਐਪਲ ਨਹੀਂ ਪੜ੍ਹਾਇਆ ਜਾਵੇਗਾ, ਪਤਾ ਕੀ ਪੜ੍ਹਾਇਆ ਜਾਵੇਗਾ, ਏ ਫੋਰ ਬੋਲ ਪੜ੍ਹਾਇਆ ਜਾਵੇਗਾ, ਏ ਫੋਰ ਐਪਲ ਨਹੀਂ ਪੜ੍ਹਾਇਆ ਜਾਵੇਗਾ, ਕੀ ਪੜ੍ਹਾਇਆ ਜਾਵੇਗਾ, ਏ ਫੋਰ ਬੋਲ, ਜਦਕਿ ਬੀ ਫੋਰ ਬੋਲ ਹੁੰਦਾ। ਪਰ ਮੰਨ ਲਓ ਸਰਕਾਰ ਵੱਲੋਂ ਇੱਕ ਰੂਲ ਪਾਸ ਹੋ ਗਿਆ ਵੀ ਏ ਫੋਰ ਬੋਲ ਪੜ੍ਹਾਓ, ਹੁਣ ਸਾਰਿਆਂ ਨੇ ਗੱਲ ਮੰਨ ਲਈ, ਸਾਰੇ ਸਕੂਲਾਂ ਦੇ ਵਿੱਚ ਏ ਫੋਰ ਐਪਲ ਹਟਾ ਦਿੱਤਾ ਗਿਆ, ਕਿਤਾਬਾਂ ਦੇ ਵਿੱਚੋਂ ਵੀ ਹਟਾ ਦਿੱਤਾ ਗਿਆ, ਮੈਡਮਾਂ ਨੂੰ ਵੀ ਦੱਸਤਾ ਗਿਆ ਵੀ ਅੱਜ ਤੋਂ ਬਾਅਦ ਤੁਸੀਂ ਏ ਫੋਰ ਬੋਲ ਹੀ ਪੜ੍ਹਾਉਣਾ, ਮੈਡਮਾਂ ਨੇ ਵੀ ਪੜ੍ਹਾਉਣਾ ਸ਼ੁਰੂ ਕਰਤਾ, ਬੱਚਿਆਂ ਨੇ ਵੀ ਪੜ੍ਹਨਾ ਸ਼ੁਰੂ ਕਰਤਾ, ਏ ਫੋਰ ਬੋਲ, ਏ ਫੋਰ ਬੋਲ, ਇਹੀ ਪੜ੍ਹਾਇਆ ਜਾ ਰਿਹਾ। ਹੁਣ ਮੰਨ ਲਓ 100 ਸਾਲ, ਇਹ 2018 ਚੱਲ ਰਿਹਾ, ਆਉਣ ਵਾਲੇ 100 ਸਾਲ ਤੱਕ ਨਾ ਤੁਸੀਂ 3018 ਤੱਕ, ਇਹ ਤਾਂ ਗੱਲ ਮੈਂ ਅੱਗੇ ਲੈ ਗਿਆ ਹੋਰ ਜ਼ਿਆਦਾ, ਚਲੋ 100 ਦੀ ਵੀ ਛੱਡੋ, ਹਜ਼ਾਰਾਂ 'ਚ ਜਾਂਦੇ ਹਾਂ ਆਪਾਂ, ਮੰਨ ਲਓ ਲੰਬੇ ਸਮੇਂ ਤੱਕ ਆਪਾਂ ਇਹ ਪੜ੍ਹਾ ਦਈਏ, 100 ਸਾਲ, 200 ਸਾਲ, 500 ਸਾਲ, 1000 ਸਾਲ, ਮੰਨ ਲਓ ਇਹ ਪੜ੍ਹਾ ਦਿੱਤਾ ਗਿਆ, ਹੁਣ ਕੀ ਹੋਏਗਾ, ਅੱਜ ਵਾਲੇ ਜਿਹੜੇ ਹੋਣਗੇ ਸਾਰੇ ਜਾ ਚੁੱਕੇ ਹੋਣਗੇ, ਨਵੀਆਂ ਪੀੜ੍ਹੀਆਂ ਆ ਚੁੱਕੀਆਂ ਹੋਣਗੀਆਂ, ਉਹਨਾਂ ਨੇ ਜੰਮਦੇ ਸਾਰੀ ਕੀ ਪੜ੍ਹਿਆ ਹੋਏਗਾ, ਏ ਫੋਰ ਬੋਲ ਪੜ੍ਹਿਆ ਹੋਏਗਾ। ਹੁਣ ਮੰਨ ਲਓ 1000 ਸਾਲ ਬਾਅਦ ਕੋਈ ਇਹੋ ਜਿਹਾ ਬੰਦਾ ਪੈਦਾ ਹੋਵੇ ਜਿਹੜਾ ਇਤਿਹਾਸ ਦੀ ਕਰੇ ਖੋਜ, ਜਿਹੜਾ ਇਤਿਹਾਸ ਦੀ ਕਰੇ ਖੋਜ, ਅਤੇ ਉਹ ਖੋਜੇ ਵੀ ਏ ਫੋਰ ਬੋਲ ਨਹੀਂ ਹੁੰਦਾ, ਏ ਫੋਰ ਤਾਂ ਐਪਲ ਹੁੰਦਾ, ਅਤੇ ਉਦੋਂ ਨਾ ਜਾ ਕੇ ਦੱਸੇ 1000 ਸਾਲ ਬਾਅਦ, ਉਹ ਭਲੇ ਉਹ ਤੁਸੀਂ ਗਲਤ ਪੜ੍ਹੀ ਜਾਂਦੇ ਹੋ 1000 ਸਾਲ ਤੋਂ, ਏ ਫੋਰ ਬੋਲ ਨਹੀਂ ਹੁੰਦਾ, ਏ ਫੋਰ ਐਪਲ ਹੁੰਦਾ, ਅਤੇ ਉਸ ਸਮੇਂ ਜਿਹੜੇ ਲੋਕ ਹੋਣਗੇ ਉਹ ਕੀ ਕਹਿਣਗੇ, ਉਹ ਕਹਿਣਗੇ ਲੈ ਪਾਗਲ ਪਤਾ ਨਹੀਂ ਕਿੱਥੋਂ ਆ ਗਿਆ, ਕਿਉਂ ਜੀ ਇੱਦਾਂ ਹੀ ਕਿਹਾ ਜਾਏਗਾ ਨਾ।
ਇਹ ਪਾਗਲ ਪਤਾ ਨਹੀਂ ਕਿੱਥੋਂ ਆ ਗਿਆ। ਸਾਡੇ ਤਾਂ ਦਾਦੇ ਪੜਦਾਦੇ ਵੀ ਇਹੀ ਪੜ੍ਹਦੇ ਹੁੰਦੇ ਸੀਗੇ, ਇੱਦਾਂ ਹੀ ਕਿਹਾ ਜਾਏਗਾ ਨਾ, ਸਾਡੇ ਬਾਪ, ਸਾਡੇ ਦਾਦੇ, ਸਾਡੇ ਪੜਦਾਦੇ, ਸਾਡੇ ਬਜ਼ੁਰਗ ਇੰਨੇ ਸਾਲਾਂ ਤੋਂ ਇਹੀ ਪੜ੍ਹੀ ਆ ਰਹੇ ਨੇ, ਇਹ ਪਤਾ ਨਹੀਂ ਕਿੱਥੋਂ ਦੀ ਆ ਗਿਆ। ਇਹ ਕਹਿੰਦਾ ਜੀ ਏ ਫੋਰ ਬਾਲ ਨਹੀਂ ਹੁੰਦਾ, ਏ ਫੋਰ ਐਪਲ ਹੁੰਦਾ। ਹੁਣ ਜਦਕਿ ਸਹੀ ਕੀ ਹੈ, ਐਪਲ ਹੀ ਸਹੀ ਹੈ ਨਾ, ਏ ਫੋਰ ਐਪਲ ਹੀ ਸਹੀ ਹੈ, ਏ ਫੋਰ ਬਾਲ ਤਾਂ ਸਹੀ ਨਹੀਂ ਹੈ। ਬਸ ਗੱਲ ਇਹੀ ਸਮਝਣ ਵਾਲੀ ਹੈ, ਸਾਨੂੰ ਕਈ ਸਾਲਾਂ ਤੋਂ ਪੜ੍ਹਾਇਆ ਹੀ ਮਨਮਤ ਗਈ ਹੈ, ਕਈ ਸਾਲਾਂ ਤੋਂ ਸਾਨੂੰ ਦੱਸੇ ਹੀ ਕਰਮ ਕਾਂਡ ਗਏ ਨੇ। ਉਹ ਹੋਇਆ ਕੀ ਹੈ, ਉਹ ਬਾਰ 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 ਉਹ ਹੁੰਦਾ ਗਿਆ, ਹੁੰਦਾ ਗਿਆ, ਹੁੰਦਾ ਗਿਆ। ਹੁਣ ਜਦੋਂ ਤੱਕ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੌਜੂਦ ਨੇ ਸਰੀਰ ਕਰਕੇ, ਤਦ ਤੱਕ ਸਭ ਵਧੀਆ, ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਆਈ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੱਕ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਆਈ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਬਾਅਦ ਜਦੋਂ 87 ਸਾਲ ਦਾ ਸਮਾਂ ਆਉਂਦਾ ਨਾ, ਸਿੱਖ ਜਦੋਂ ਜੰਗਲਾਂ ਜਾਂਦੇ ਅਤੇ ਮਹੰਤ ਨਿਰਮਲੇ ਉਦਾਸੀ ਜਦੋਂ ਗੁਰਦੁਆਰਿਆਂ 'ਚ ਕਾਬਜ਼ ਹੁੰਦੇ ਨੇ, ਇਹ ਸਾਰੀਆਂ ਮਨਮਤਾਂ ਉਦੋਂ ਆਈਆਂ ਸਾਡੇ ਵਿੱਚ। ਹੁਣ ਇਹ ਮਨਮਤਾਂ ਜਿਹੜੀਆਂ ਨੇ ਉਹ 300-400 ਸਾਢੇ 400 ਸਾਲ ਤੋਂ ਚੱਲਦੀਆਂ ਪਈਆਂ ਨੇ। ਹੁਣ ਉਹ ਅਸੀਂ ਸ਼ੁਰੂ ਤੋਂ ਹੀ ਇਹ ਚੀਜ਼ ਵੇਖਦੇ ਆ ਰਹੇ ਹਾਂ, ਬਜ਼ੁਰਗਾਂ ਨੇ ਵੀ ਇਹ ਚੀਜ਼ ਵੇਖੀ ਹੈ, ਹੁਣ ਵਾਲਿਆਂ ਨੇ ਵੀ ਉਹ ਚੀਜ਼ ਵੇਖੀ ਹੈ, ਅਗਲੀਆਂ ਪੀੜ੍ਹੀਆਂ ਜਿਹੜੀਆਂ ਆ ਰਹੀਆਂ ਨੇ ਉਹ ਵੀ ਇਹ ਚੀਜ਼ ਵੇਖਦੀਆਂ ਪਈਆਂ। ਉਹ ਕਹਿੰਦੇ ਲੈ ਸੁੱਖਣਾ ਤਾਂ ਸਾਡਾ ਦਾਦਾ ਵੀ ਸੁੱਖ ਦਾ ਹੁੰਦਾ ਸੀਗਾ, ਅਤੇ ਸਾਡੀ ਦਾਦੀ, ਇਹ ਤਾਂ ਪੜਦਾਦੀ ਵੀ ਸੁੱਖ ਦੀ ਹੁੰਦੀ ਸੀ, ਕਿਉਂਕਿ ਅਸੀਂ ਉਹ ਪੁਰਾਣਾ ਵੇਖਦੇ ਆ ਰਹੇ ਨਾ। ਪਰ ਅੱਜ ਅਸੀਂ ਇਹ ਨਹੀਂ ਵੇਖਣਾ ਕਿ ਪੁਰਾਣੇ ਕੀ ਕਰਦੇ ਸੀਗੇ, ਅੱਜ ਅਸੀਂ ਇਹ ਵੇਖਣਾ ਸਾਡਾ ਗੁਰੂ ਕੀ ਸਾਨੂੰ ਸਮਝਾਉਂਦਾ। ਜਿਸ ਦਿਨ ਅਸੀਂ ਇਹ ਫੈਸਲਾ ਕਰ ਲਿਆ ਨਾ ਵੀ ਅਸੀਂ ਗੁਰੂ ਜੀ ਦੇ ਕੋਲੋਂ ਕੁਛ ਸਿੱਖਣਾ ਹੈ, ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਕੁਛ ਸਿੱਖਣਾ, ਜਦੋਂ ਅਸੀਂ ਇਸ ਪਾਸੇ ਨੂੰ ਤੁਰਾਂਗੇ ਨਾ, ਗੱਲ ਤਾਂ ਬਣਨੀ ਹੈ। ਅਤੇ ਜੇ ਅਸੀਂ ਇਹ ਕਹਿੰਦੇ ਰਹਾਂਗੇ ਉਹ ਜੀ ਪੁਰਾਣਾ ਚੱਲਦਾ ਆ ਰਿਹਾ, ਫਿਰ ਚੋਰੀ ਵੀ ਬੜੀ ਪੁਰਾਣੀ ਚੱਲਦੀ ਆ ਰਹੀ, ਠੱਗੀ ਵੀ, ਬੇਈਮਾਨੀ ਵੀ, ਇਹ ਵੀ ਸਭ ਬਹੁਤ ਪੁਰਾਣਾ ਚੱਲਦਾ ਆ ਰਿਹਾ। ਜ਼ਰੂਰੀ ਨਹੀਂ ਹੈ ਕਿ ਹਰ ਪੁਰਾਣੀ ਚੀਜ਼ ਸਹੀ ਹੋਵੇ, ਜ਼ਰੂਰੀ ਨਹੀਂ ਹੈ। ਜਨੇਊ ਵੀ ਬਹੁਤ ਪੁਰਾਣਾ ਚੱਲਦਾ ਆ ਰਿਹਾ ਸੀਗਾ, ਪਾਈ ਰਹੇ ਸੀ ਲੋਕ ਆਪਣੇ ਗਲ ਦੇ ਵਿੱਚ, ਜਨੇਊ ਕਿੰਨਾ ਪੁਰਾਣਾ ਚੱਲਦਾ ਆ ਰਿਹਾ ਸੀ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਪਹਿਲੀ ਵਾਰ ਜਦੋਂ ਆਖਿਆ ਸੀ ਨਾ, ਪੰਡਿਤ ਹਰਦਿਆਲ ਧੰਨ ਗੁਰੂ ਨਾਨਕ ਸਾਹਿਬ ਦੇ ਗਲ ਦੇ ਵਿੱਚ ਜਨੇਊ ਪਾਉਣ ਲੱਗਾ, ਤਾਂ ਗੁਰੂ ਨਾਨਕ ਸਾਹਿਬ ਨੇ ਹੱਥ ਫੜ ਲਿਆ ਪੰਡਿਤ ਹਰਦਿਆਲ ਦਾ, ਉਹ ਕਹਿੰਦੇ ਮੈਂ ਨਹੀਂ ਪਾਉਣਾ। ਪੰਡਿਤ ਕਹਿੰਦਾ ਵੀ ਇਹ ਤਾਂ ਬੜਾ ਪੁਰਾਣਾ ਚੱਲਦਾ ਆ ਰਿਹਾ, ਸਾਰੇ ਪਾਉਂਦੇ ਆ ਰਹੇ ਨੇ, ਨਾਨਕ ਤੂੰ ਕਿਉਂ ਨਹੀਂ ਪਾਉਣਾ। ਉਹ ਕਹਿੰਦੇ ਵੀ ਮੈਂ ਪਾ ਲਵਾਂਗਾ, ਪਰ ਪਹਿਲਾਂ ਮੈਂ ਨਹੀਂ ਪਾਉਣਾ। ਇੱਦਾਂ ਕਰੋ, ਮੈਂ ਆਪਣੀ ਮਾਤਾ ਜੀ ਦੇ ਤਨ ਦੇ ਉੱਤੇ ਅੱਜ ਤੱਕ ਜਨੇਊ ਨਹੀਂ ਵੇਖਿਆ। ਮੇਰੀ ਮਾਂ ਮਾਤਾ ਤ੍ਰਿਪਤਾ ਜੀ, ਮੈਂ ਉਹਨਾਂ ਦੇ ਤਨ ਦੇ ਉੱਤੇ ਅੱਜ ਤੱਕ ਜਨੇਊ ਨਹੀਂ ਵੇਖਿਆ। ਪੰਡਿਤ ਜੀ ਪਹਿਲਾਂ ਮੇਰੀ ਮਾਤਾ ਜੀ ਨੂੰ ਪਾਓ। ਪੰਡਿਤ ਚੁੱਪ ਕਰ ਗਿਆ, ਕੁਝ ਨਾ ਬੋਲੇ। ਨਾਲ ਹੀ ਬਾਬਾ ਨਾਨਕ ਜੀ ਨੇ ਕਹਿਤਾ, ਕਹਿੰਦੇ ਮੈਂ ਆਪਣੀ ਭੈਣ ਬੇਬੇ ਨਾਨਕੀ ਉਹਦੇ ਗਲ ਵਿੱਚ ਵੀ ਜਨੇਊ ਅੱਜ ਤੱਕ ਨਹੀਂ ਵੇਖਿਆ। ਇੱਦਾਂ ਕਰੋ, ਮੇਰੀ ਮਾਤਾ ਜੀ ਨੂੰ ਵੀ ਪਹਿਲਾਂ ਪਾ ਦਿਓ ਅਤੇ ਮੇਰੀ ਵੱਡੀ ਭੈਣ ਨੂੰ ਵੀ ਪਾ ਦਿਓ। ਪੰਡਿਤ ਅੱਗੇ ਕੀ ਕਹਿੰਦਾ ਹਰਦਿਆਲ, ਉਹ ਕਹਿੰਦਾ ਵੀ ਔਰਤ ਵਾਸਤੇ ਨਹੀਂ ਹੈ ਜਨੇਊ, ਉਹ ਕਹਿੰਦਾ ਔਰਤ ਵਾਸਤੇ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਚਲੋ ਕੋਈ ਗੱਲ ਨਹੀਂ, ਔਰਤ ਵਾਸਤੇ ਨਹੀਂ ਹੈ, ਮੰਨੀ ਤੁਹਾਡੀ ਗੱਲ, ਚਲੋ ਮੈਂ ਆਪਣੇ ਦੋਸਤਾਂ ਨੂੰ ਬੁਲਾਉਂਦਾ ਉਹਨਾਂ ਦੇ ਗਲ ਵਿੱਚ ਪਾ ਦਿਓ। ਗੁਰੂ ਸਾਹਿਬ ਗਏ ਆਪਣੇ ਦੋਸਤਾਂ ਨੂੰ ਲੈ ਆਏ, ਉਹ ਪੰਡਿਤ ਅੱਗੇ ਬੋਲਦਾ ਕਹਿੰਦਾ ਸ਼ੂਦਰ ਵਾਸਤੇ ਵੀ ਨਹੀਂ ਹੈ, ਇਹ ਸ਼ੂਦਰ ਵਾਸਤੇ ਵੀ ਨਹੀਂ ਹੈ, ਇਹ ਨੀਵੀਂ ਜਾਤੀ ਦਾ। ਹੁਣ ਧੰਨ ਗੁਰੂ ਨਾਨਕ ਸਾਹਿਬ ਨਾ ਕਿਸੇ ਨੂੰ ਨੀਵਾਂ ਮੰਨਦੇ ਨੇ, ਨਾ ਕਿਸੇ ਨੂੰ ਉੱਚਾ ਮੰਨਦੇ, ਉਹ ਤਾਂ ਬਰਾਬਰਤਾ ਦੀ ਗੱਲ ਕਰਦੇ ਨੇ, ਉਹ ਤਾਂ ਬਰਾਬਰਤਾ ਦੀ ਗੱਲ ਕਰਦੇ।
ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਗੱਲ ਆਖੀ, ਪੰਡਿਤ ਜੀ ਤੁਹਾਡਾ ਜਨੇਊ ਤੇ ਸਮਾਜ ਵਿੱਚ ਵੰਡੀਆਂ ਪਾ ਰਿਹਾ। ਤੁਸੀਂ ਕਹਿੰਦੇ ਹੋ ਵੀ ਇਹ ਮੇਰੇ ਗਲ ਵਿੱਚ ਪਾਇਆ ਜਾ ਸਕਦਾ ਪਰ ਮੇਰੀ ਮਾਂ ਦੇ ਗਲ 'ਚ ਨਹੀਂ ਪਾਇਆ ਜਾ ਸਕਦਾ। ਤੁਸੀਂ ਇਹ ਗੱਲ ਕਹੀ ਵੀ ਇਹਨੂੰ ਪਾਉਣ ਵਾਲਾ ਉੱਚਾ ਹੋ ਜਾਂਦਾ, ਮੈਂ ਆਪਣੇ ਗਲ ਦੇ ਵਿੱਚ ਪਾ ਲਵਾਂ ਮੈਂ ਤੇ ਹੋ ਜਾਵਾਂ ਉੱਚਾ, ਤੇ ਆਪਣੀ ਮਾਂ ਨੂੰ ਕਰਦਿਆਂ ਮੈਂ ਆਪਣੇ ਤੋਂ ਨੀਵਾਂ, ਮੈਂ ਆਪਣੀ ਭੈਣ ਨੂੰ ਕਰਦਿਆਂ ਆਪਣੇ ਤੋਂ ਨੀਵਾਂ, ਆਪਣੇ ਦੋਸਤਾਂ ਮਿੱਤਰਾਂ ਨੂੰ ਮੈਂ ਆਪਣੇ ਤੋਂ ਨੀਵਾਂ ਕਰਦਿਆਂ ਤੇ ਮੈਂ ਉਹਨਾਂ ਨਾਲੋਂ ਉੱਚਾ ਹੋ ਜਾਵਾਂ। ਪੰਡਿਤ ਜੀ ਜਿਹੜਾ ਜਨੇਊ ਸਮਾਜ 'ਚ ਵੰਡੀਆਂ ਪਾਉਂਦਾ ਹੋਵੇ ਨਾ, ਇਹ ਊਚ ਨੀਚ ਦੀਆਂ ਗੱਲਾਂ ਲੋਕਾਂ ਨੂੰ ਸਮਝਾਉਂਦਾ ਹੋਵੇ, ਮਾਫ਼ ਕਰਿਓ ਜਨੇਊ ਮੈਂ ਪਾ ਨਹੀਂ ਸਕਦਾ। ਅਤੇ ਗੁਰੂ ਸਾਹਿਬ ਨੇ ਇਹ ਗੱਲ ਸਮਝਾਈ ਵੀ ਸਾਰੇ ਤਾਂ ਰੱਬ ਦੇ ਪੜ੍ਹਾਏ ਹੋਏ ਨੇ, ਏਕ ਪਿਤਾ ਏਕ ਕਸਕੇ ਹਮ ਬਾਰਕ, ਸਾਡਾ ਪਿਤਾ ਇੱਕ ਹੈ, ਅਸੀਂ ਸਾਰੇ ਹੀ ਉਹਦੇ ਬੱਚੇ ਹਾਂ। ਹੁਣ ਰੱਬ ਨੇ ਕਿਸੇ ਨੂੰ ਉੱਚਾ ਬਣਾ ਕੇ ਨਹੀਂ ਭੇਜਿਆ, ਕਿਸੇ ਨੂੰ ਨੀਵਾਂ ਬਣਾ ਕੇ ਨਹੀਂ ਭੇਜਿਆ। ਦੱਸੋ ਜੀ, ਬਣਾਇਆ ਕਿਸੇ ਨੂੰ ਉੱਚਾ ਕਿਸੇ ਨੂੰ ਨੀਵਾਂ? ਰੱਬ ਨੇ ਸਾਰੇ ਨੂੰ ਇੱਕ ਸਮਾਨ ਬਣਾਇਆ। ਅੱਜ ਜਿਹੜੇ ਜਾਤ ਪਾਤ ਦੇ ਸਿਸਟਮ ਦੇ ਵਿੱਚ ਸਾਨੂੰ ਵੰਡ ਕੇ ਰੱਖ ਦਿੱਤਾ ਨਾ, ਉੱਚੀ ਨੀਵੀਂ ਜਾਤ ਦੇ ਵਿੱਚ, ਇਹ ਕਿਹਨੇ ਬਣਾਇਆ? ਇਹ ਲੋਕਾਂ ਨੇ ਬਣਾਇਆ ਸਭ ਕੁਛ, ਇਹ ਪੁਜਾਰੀ ਸ਼੍ਰੇਣੀ ਨੇ ਸਭ ਕੁਝ ਬਣਾਇਆ। ਉਹਨੇ ਕਿਹਾ ਅਸੀਂ ਉੱਚੇ ਬਾਕੀ ਸਾਰੇ ਨੀਵੇਂ, ਨਹੀਂ। ਗੁਰੂ ਸਾਹਿਬ ਨੇ ਆਖਿਆ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਦੱਸੋ ਕੌਣ ਭਲਾ ਤੇ ਕੌਣ ਮੰਦਾ, ਸਾਰੇ ਇੱਕ ਬਰਾਬਰ ਨੇ। ਕਿਉਂ ਤੁਸੀਂ ਕਹਿੰਦੇ ਹੋ ਵੀ ਅਸੀਂ ਉੱਚੇ ਹਾਂ ਤੇ ਫਲਾਣੇ ਨੀਵੇਂ ਨੇ? ਨਹੀਂ, ਸਾਰੇ ਇੱਕ ਬਰਾਬਰ ਨੇ। ਗੁਰੂ ਸਾਹਿਬ ਨੇ ਬਰਾਬਰਤਾ ਦੀ ਗੱਲ ਸਮਝਾਈ ਸਾਨੂੰ, ਬਰਾਬਰਤਾ ਦੀ। ਹੁਣ ਜਿਹਨੂੰ ਉਹ ਬਰਾਬਰਤਾ ਦੀ ਗੱਲ ਸਮਝ ਆ ਜਾਂਦੀ ਹੈ ਨਾ, ਉਹ ਇਸ ਜਾਤ ਪਾਤ ਦੇ ਕੋੜ ਦੇ ਵਿੱਚੋਂ, ਜਾਤ ਪਾਤ ਦੀ ਗੰਦਗੀ ਦੇ ਵਿੱਚੋਂ ਬਾਹਰ ਨਿਕਲ ਜਾਂਦਾ। ਪਰ ਜਿਹਨੂੰ ਇਹ ਗੱਲ ਸਮਝ ਨਾ ਆਵੇ, ਉਹ ਅੱਜ ਵੀ ਇਸ ਗੱਲ ਦਾ ਮਾਣ ਕਰੀ ਜਾਂਦਾ ਹੈ, ਅਸੀਂ ਉੱਚੀ ਜਾਤ ਦੇ, ਫਲਾਣਾ ਨੀਵੀਂ ਜਾਤੀ ਦਾ। ਪਰ ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਮੈਂ ਜਨੇਊ ਦਾ ਵਿਰੋਧੀ ਨਹੀਂ, ਮੈਂ ਜਨੇਊ ਪਾਉਣ ਵਾਸਤੇ ਤਿਆਰ ਹਾਂ। ਪਤਾ ਕਿਹੜਾ ਜਨੇਊ? ਇੱਕ ਜਨੇਊ ਤਾਂ ਉਹ ਹੈ ਜਿਹੜਾ ਸਰੀਰ ਉੱਤੇ ਪਾਇਆ ਜਾਂਦਾ। ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਮੈਂ ਜਨੇਊ ਪਾਉਣ ਵਾਸਤੇ ਤਿਆਰ ਹਾਂ, ਪਰ ਉਹ ਜਨੇਊ ਪਾਵਾਂਗਾ ਜਿਹੜਾ ਮਨ ਦੇ ਉੱਤੇ ਪਾਇਆ ਜਾਂਦਾ। ਤੁਸੀਂ ਪਾਉਂਦੇ ਹੋ ਪੰਡਿਤ ਜੀ ਸਰੀਰ ਵਾਲਾ ਜਨੇਊ ਜਿਹੜਾ ਸਮਾਜ 'ਚ ਪਾ ਰਿਹਾ ਵੰਡੀਆਂ। ਕਹਿੰਦੇ ਮੈਂ ਗੱਲ ਕਰਦਾ ਮਨ ਦੇ ਜਨੇਊ ਦੀ, ਜਿਹੜਾ ਸਮਾਜ 'ਚ ਵੰਡੀਆਂ ਨਹੀਂ ਪਾਊਗਾ, ਜਿਹੜਾ ਸਾਰੇ ਸਮਾਜ ਨੂੰ ਇੱਕ ਸਮਾਨ ਬਣਾ ਦਊਗਾ। ਉਹ ਜਨੇਊ ਪਤਾ ਕਿਹੜਾ? ਉਹ ਜਨੇਊ ਹੈ ਗੁਣਾਂ ਵਾਲਾ ਜਨੇਊ। ਗੁਰੂ ਸਾਹਿਬ ਨੇ ਆਖਿਆ ਦਇਆ ਕਪਾਹ, ਕਪਾਹ ਜਿਹੜੀ ਹੋਵੇ ਉਹ ਦਇਆ ਦੀ ਹੋਵੇ। ਸੰਤੋਖ ਸੂਤ, ਸੂਤ ਜਿਹੜਾ ਹੋਵੇ ਉਹ ਸੰਤੋਖ ਦਾ ਹੋਵੇ। ਜੀਵਨ ਦੇ ਅੰਦਰ ਗੁਣ ਧਾਰਨ ਕਰਨੇ, ਦਇਆ ਵਾਲਾ ਗੁਣ ਆਪਣੇ ਜੀਵਨ ਅੰਦਰ ਲੈ ਕੇ ਆ। ਇਹ ਜਨੇਊ ਤਿਆਰ ਹੋ ਰਿਹਾ, ਜਨੇਊ ਤਿਆਰ ਕਰਨ ਵਾਸਤੇ ਕਪਾਹ ਦੀ ਲੋੜ ਹੈ, ਸੂਤ ਦੀ ਲੋੜ ਹੈ, ਗੰਢਾ ਮਾਰਨ ਦੀ ਲੋੜ ਹੈ। ਉਹ ਸਾਰੀ ਉਦਾਹਰਨ ਗੁਰੂ ਸਾਹਿਬ ਨੇ ਇੱਥੇ ਦੇ ਦਿੱਤੀ। ਕਹਿੰਦੇ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵਟ, ਜਤ ਸੱਤ ਆਪਣੇ ਜੀਵਨ 'ਚ ਲੈ ਕੇ ਆ, ਆਪਣਾ ਆਚਰਨ ਉੱਚਾ ਕਰ, ਇਹ ਜਨੇਊ ਨੂੰ ਗੰਢਾ ਮਾਰਨੀ ਆ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵਟ, ਇਹ ਜਨੇਊ ਜੀ ਕਾ, ਜੀ ਕਹਿੰਦੇ ਮਨ ਨੂੰ, ਇਹ ਜਨੇਊ ਜੀ ਕਾ ਹਈ, ਹੈਗਾ ਤਾਂ ਪਾਂਡੇ ਘੱਤ, ਜੇ ਹੈਗਾ ਤਾਂ ਬਣਾ ਦੇ ਪੰਡਿਤ ਜੀ। ਪੰਡਿਤ ਕਹਿੰਦਾ ਮੇਰੇ ਕੋਲ ਨਹੀਂ ਹੈਗਾ ਇਹ ਜਨੇਊ, ਦਇਆ ਵਾਲਾ ਜਨੇਊ ਨਹੀਂ ਹੈਗਾ, ਸੰਤੋਖ ਵਾਲਾ ਜਨੇਊ ਨਹੀਂ ਹੈਗਾ। ਪਰ ਗੁਰੂ ਸਾਹਿਬ ਨੇ ਆਖਿਆ ਗੁਣਾਂ ਵਾਲਾ ਜਨੇਊ ਪਾਉਣਾ ਚਾਹੀਦਾ ਹੈ, ਉਹ ਸਾਰਿਆਂ ਨੂੰ ਵੀ ਪਾਉਣਾ ਚਾਹੀਦਾ, ਉਹ ਤੁਸੀਂ ਵੀ ਪਾਓ, ਉਹ ਮੈਂ ਵੀ ਪਾਵਾਂ। ਇਹ ਗੁਣਾਂ ਵਾਲਾ ਜਨੇਊ, ਦਇਆ ਦਾ ਜਨੇਊ, ਸੰਤੋਖ ਦਾ ਜਨੇਊ, ਜਤ ਸੱਤ ਦਾ ਜਨੇਊ, ਸੱਚ ਦਾ ਜਨੇਊ,
ਇਹ ਜਨੇਊ ਜਿਹੜਾ ਮਨ ਉੱਤੇ ਪਾਇਆ ਜਾਂਦਾ। ਕਹਿਣ ਤੋਂ ਭਾਵ ਕੀ ਹੈ, ਮਨ ਦੇ ਵਿੱਚ ਚੰਗੇ ਗੁਣਾਂ ਨੂੰ ਧਾਰਨ ਕਰਨਾ। ਜਿਨ੍ਹਾਂ ਨੂੰ ਚੰਗੇ ਗੁਣ ਜੀਵਨ ਅੰਦਰ ਧਾਰਨ ਕਰਨੇ ਆ ਗਏ ਨਾ, ਉਹ ਫਿਰ ਇੱਦਾਂ ਨਹੀਂ ਕਰਦੇ ਵੀ ਇਹ ਉੱਚਾ ਹੈ ਇਹ ਨੀਵਾਂ ਹੈ, ਨਹੀਂ, ਉਹਨਾਂ ਦੇ ਜੀਵਨ 'ਚੋਂ ਇਹ ਵਿਤਕਰੇ ਨਿਕਲ ਜਾਂਦੇ। ਉਹ ਪਤਾ ਕੀ ਕਹਿੰਦੇ, ਉਹ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ। ਉਹ ਕੀ ਕਹਿੰਦੇ ਨੇ, ਸਭ ਮੈਂ ਜੋਤ, ਕਹਿੰਦੇ ਉਹ ਸਾਰਿਆਂ 'ਚ ਹੀ ਉਹਨਾਂ ਨੂੰ ਮਾਲਕ ਦੀ ਜੋਤ ਦਿਸਦੀ ਹੈ। ਫਿਰ ਵੀ ਸਾਰਿਆਂ ਵਿੱਚ ਹੀ ਰੱਬ ਹੈਗਾ ਜੀ, ਉਹਨੂੰ ਪਤਾ ਲੱਗ ਜਾਂਦਾ ਘੱਟ ਘੱਟ ਮੈਂ ਹਰ ਜੂ ਬੱਸੈ ਸੰਤਨ ਕਹਿਓ ਪੁਕਾਰ, ਵੀ ਘੱਟ ਘੱਟ ਦੇ ਵਿੱਚ ਹਰੇਕ ਹਿਰਦੇ ਘਰ ਦੇ ਵਿੱਚ ਉਹ ਰੱਬ ਰਹਿੰਦਾ ਹੈ, ਉਹ ਰੱਬ ਨੂੰ ਮਹਿਸੂਸ ਕਰਨ ਲੱਗ ਪੈਂਦੇ ਨੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਹੁਣ ਜੋਤ ਹੈਗੀ ਸਾਰਿਆਂ ਦੇ ਵਿੱਚ, ਪਰ ਪਤਾ ਕਿੱਥੋਂ ਲੱਗਦਾ? ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਦੇ ਦੁਆਰਾ ਹੀ ਇਹ ਪਤਾ ਲੱਗਣਾ।